ਪੂਰੇ ਜੱਟ ਤੇ ਵਸਦੇ ਹੋਏ ਪੰਜਾਬੀ ਪਿਆਰਿਓ, ਅੱਜ ਤੁਹਾਡੇ ਨਾਲ ਗੱਲ ਕਰ ਰਿਹਾ ਬਲਹਾਰ ਜੱਟ ਦੀ। ਬਲਹਾਰ ਦੀ ਅੱਗੇ ਵੀ ਗੱਲ ਕਰ ਚੁੱਕੇ ਹਾਂ। ਬਲਹਾਰ ਦੋ ਕਬੀਲੇ ਨੇ, ਇੱਕੋ ਨਾਂ ਦੇ ਦੋ ਕਬੀਲੇ ਨੇ ਅਤੇ ਵੱਖ ਵੱਖ ਨਸਲਾਂ ਨਾਲ ਜਾ ਕੇ ਇਹਨਾਂ ਦਾ ਪੀੜ੍ਹੀ ਨਾਮਾ ਜੁੜਦਾ। ਇਸ ਤੋਂ ਪਹਿਲਾਂ ਅਸੀਂ ਬਲਹਾਰ ਇੱਕ ਦੀ ਗੱਲ ਕਰ ਚੁੱਕੇ ਹਾਂ, ਅੱਜ ਅਸੀਂ ਬਲਹਾਰ ਦੂਜੇ ਦੀ ਗੱਲ ਕਰ ਰਹੇ ਹਾਂ। ਬਲਹਾਰ ਦੂਜਾ ਜਿਹੜਾ ਹੈ ਸੂਰਜਵੰਸ਼ੀ ਜੱਟਾਂ 'ਚੋਂ 1000 ਸਾਲ ਪੁਰਾਣਾ ਕਬੀਲਾ ਹੈ। ਬਲਹਾਰ ਦਾ ਮਤਲਬ ਹੁੰਦਾ ਜਸ਼ ਆਪਣਾ, ਖੁਸ਼ ਰਹਿਣ ਵਾਲਾ। ਇਹ ਦੂਜਾ ਬਲਹਾਰ ਪੁੱਤਰ ਸੀ ਕਾਂ ਦਾ, ਪੋਤਰਾ ਸੀ ਸਾਗਰ ਦਾ, ਪੜਪੋਤਾ ਸੀ ਸੁਹਾਵਣ ਦਾ, ਸੁਹਾਵਾ ਵੀ ਇਹਨੂੰ ਆਉਂਦੇ ਨੇ, ਅਤੇ ਨਾਇਚ ਦੀ ਨਸਲੋਂ ਇਸ ਕਬੀਲੇ ਦੇ ਲੋਕ ਪੂਰੇ ਦੱਖਣੀ ਪੰਜਾਬ, ਬਹਾਵਲਪੁਰ, ਮੁਲਤਾਨ, ਡੇਰਾ ਗਾਜ਼ੀ ਖਾਂ, ਡੇਰਾ ਇਸਮਾਇਲ ਖਾਨ ਵਿੱਚ ਢੇਰ ਗਿਣਤੀ 'ਚ ਵੱਸਦੇ ਨੇ, ਅਤੇ ਇਹ ਲੋਕ ਬਲੋਚਿਸਤਾਨ ਵਿੱਚ ਹਾੜਾ ਕਿਲ੍ਹਾ ਦੇ ਲਾਗੇ ਸਮੁੰਦਰ ਕੰਢੇ ਵੀ ਵੱਸੇ ਹੋਏ ਨੇ। ਇਹ ਬੜਾ ਨਾਮੀ ਕਬੀਲਾ ਹੈ। ਹੁਣ ਅਸੀਂ ਵੇਖਦੇ ਹਾਂ ਵੀ ਹੋਰ ਕਿਹੜੇ ਤਾਰੀਖੀ ਤਸਕਰੇ ਅੰਦਰ ਬਲਹਾਰ ਇਹ ਦੂਸਰਾ ਜਿਹੜਾ ਇਸ ਜੱਟ ਕਬੀਲੇ ਦਾ ਜ਼ਿਕਰ ਮਿਲਦਾ ਹੈ। ਗਲਾਸਰੀ ਆਫ ਟ੍ਰਾਈਬਸ ਐਂਡ ਕਾਸਟਸ ਅੰਦਰ ਈ ਡੀ ਮੈਕਲੇਗਨ ਅਤੇ ਐਚ ਏ ਰੂਜ਼ੋਰਾ ਮੁੱਢੋਂ ਬਲਹਾਰ ਕਬੀਲੇ ਦਾ ਨਾਂ ਤਿਕਰ ਨਹੀਂ ਲਿਆ। ਆਓ ਫਿਰ ਹੁਣ ਸਾਂਝਾ ਕਰਦੇ ਹਾਂ ਤੁਹਾਡੇ ਨਾਲ ਬਲਹਾਰ ਦੂਜਾ ਦਾ ਉਹ ਕੁਰਸੀਨਾਮਾ ਜੋ ਮੀਰਪੁਰ ਮਥੇਲਾ ਸਿੰਧ ਤੋਂ ਸਾਡੇ ਮਿੱਤਰ ਪਿਆਰੇ ਆਰੀਆ ਡਾਕਟਰ ਲਾਲ ਬਖਸ਼ ਨਾਇਕ ਮੱਲੀ ਜੱਟ ਨੇ ਸਾਡੇ ਨਾਲ ਸਾਂਝਾ ਕੀਤਾ। ਉਸ ਕੁਰਸੀਨਾਮੇ ਮੁਤਾਬਕ ਹਜ਼ਰਤ ਆਦਮ ਅਲੈਹਿਸ ਸਲਾਮ, ਜਿਨ੍ਹਾਂ ਨੂੰ ਸ਼ਿਵ ਸ਼ੰਕਰ ਜਾਂ ਮਹਾਦੇਵ ਹਿੰਦੀ 'ਚ ਆਖਿਆ ਗਿਆ, ਉਹਨਾਂ ਤੋਂ ਚੋਖਾ ਗੇਰੇ ਜਾ ਕੇ ਨਾਂ ਆਉਂਦਾ ਹਜ਼ਰਤ ਨੂਹ ਅਲੈਹਿਸ ਸਲਾਮ ਦਾ, ਜਿਨ੍ਹਾਂ ਨੂੰ ਦੂਸਰਾ ਮਨੂ ਹਿੰਦੀ 'ਚ ਆਖਿਆ ਗਿਆ। ਉਹਨਾਂ ਦੀ 270 ਗਜ਼ ਕਬਰ ਮੰਡਾ ਗੁਜਰਾਤ ਕਾਠੀਆਵਾੜ 'ਚ, ਔਰ ਉਸ ਯੂਹ 'ਚ ਉਹਨਾਂ ਨੂੰ ਮਨੂ ਮਹਾਰਾਸ਼ਟਰ ਯਾਨੀ ਵੱਡੇ ਬੇੜੇ ਵਾਲਾ ਮਨੂ ਆਖਿਆ ਜਾਂਦਾ। ਉਹਨਾਂ ਦੀਆਂ ਦੂਹ ਸਵਾਣੀਆਂ 'ਚੋਂ 7 ਪੁੱਤਰ ਹੋਏ। ਉਹਨਾਂ ਦੀ ਪਹਿਲੀ ਬੀਵੀ ਦਾ ਨਾਂ ਸਨਹਾ ਸੀ। ਸਨਹਾ ਦੇ ਘਰ 3 ਪੁੱਤਰ ਹੋਏ, ਸਾਮ, ਹਾਮ ਅਤੇ ਯਾਫਸ, ਅਤੇ ਉਹਨਾਂ ਦੀ ਦੂਜੀ ਬੀਵੀ ਦਾ ਨਾਂ ਵਾਇਲਾ ਸੀ। ਵਾਇਲਾ ਦੇ ਘਰ 4 ਪੁੱਤਰ ਹੋਏ, ਕਨਆਨ, ਯਰਨ, ਹਰਹਰ ਅਤੇ ਅਜਮ। ਇਹ ਜਿਹੜੇ ਮਗਰਲੇ 5 ਮਾਂ ਪੁੱਤਰ ਸਨ, ਇਹ ਹਜ਼ਰਤ ਨੂਹ ਅਲੈਹਿਸ ਸਲਾਮ ਦੇ ਬੇਅਦਬ ਸਨ, ਗੁਸਤਾਖ ਸਨ। ਉਹਨਾਂ ਦੇ ਆਖੇ ਲੱਗ ਕੇ ਉਹਨਾਂ ਦੇ ਬੇੜੇ ਦੇ ਵਿੱਚ ਨਾ ਬੈਠੇ ਅਤੇ ਤੂਫਾਨੇ ਨੂੰਹ ਦੇ ਵਕਤ ਡੁੱਬ ਕੇ ਬੇਨਿਸ਼ਾਨ ਹੋ ਗਏ। ਮੁੜ ਕੇ ਜਿਹੜੀ ਹਜ਼ਰਤ ਨੂਹ ਅਲੈਹਿਸ ਸਲਾਮ ਦੀ ਪਹਿਲੇ 3 ਪੁੱਤਰਾਂ ਦੀ ਨਸਲ ਅੱਗੇ ਵਧੀ। ਸਾਮ ਦੀ ਔਲਾਦ ਜਿਹੜੀ ਹੈ ਉਹ ਸਾਮੀ ਨਸਲ ਸਦਾਈ ਅਤੇ ਬਰੇ ਆਜ਼ਮ ਏਸ਼ੀਆ ਦੇ ਵਿੱਚ ਵੱਸ ਗਈ, ਅਤੇ ਹਾਮ ਜਿਹੜਾ ਉਹਦੀ ਜਿਹੜੀ ਨਸਲ ਹੈ ਉਹ ਬਰੇ ਆਜ਼ਮ ਅਫਰੀਕਾ 'ਚ ਜਾ ਵੱਸੀ, ਅਤੇ ਯਾਫਸ ਜਿਹਨੂੰ ਮਹੇਸ਼ ਵੀ ਆਖਿਆ ਗਿਆ ਹਿੰਦੀ 'ਚ, ਉਹਦੀ ਨਸਲ ਤੁਰਕੀ, ਚੀਨ ਅਤੇ ਯੂਰਪ ਦੇ ਵਿੱਚ ਜਾ ਵੱਸੀ। ਮੁੜ ਕੇ ਸਾਮ ਦੇ ਪੁੱਤਰ ਹੋਏ, ਅਰਫਕਾ ਸਿੰਘ ਜਿਹਨੂੰ ਸਿੰਧ ਵੀ ਕਿਹਾ ਗਿਆ, ਈਸ਼ਵਰ ਜਿਹਨੂੰ ਹਿੰਦ ਵੀ ਕਿਹਾ ਗਿਆ, ਆਰਾਮ ਜਿਹਦੇ ਨਾਂ ਤੋਂ ਆਰਮੀਨੀਆ ਵੱਸਿਆ, ਅਸਵਰ ਜਿਹਦੇ ਨਾਂ ਤੋਂ ਫਾਰਸ ਜਾਂ ਰੋ ਆਪਣਾ ਈਰਾਨ ਦਾ ਇਲਾਕਾ ਆਬਾਦ ਹੋਇਆ, ਲੂਦ ਜਿਹਦੇ ਨਾਂ ਤੋਂ ਰੋਮ ਆਬਾਦ ਹੋਇਆ, ਬਲਕਾਨ ਜਿਹਦੇ 2 ਪੁੱਤਰ ਖਰਾਸਾਨ ਅਤੇ ਸ਼ਾਮ ਹੋਏ ਨੇ, ਸਮਆਨ ਅਤੇ ਕਨਾਨ, ਕਨਾਨ ਨੂੰ ਕੀ ਕਾਨ ਵੀ ਆਖਿਆ ਗਿਆ, ਲਾਵਰ ਅਤੇ ਈਲਾਮ, ਈਲਾਮ ਨੂੰ ਅਰਬਾਂ ਨੇ ਗੀ ਲਾਮ ਆਖਿਆ, ਅਤੇ ਅਗਲਾ ਪੁੱਤਰ ਸੀ ਮੂਰਜ। ਅੱਗੋਂ ਅਰਫਾ ਸਿੰਧ ਸਿੰਧ ਦੇ ਪੁੱਤਰ ਹੋਏ ਨੇ, ਸੱਖਰ, ਪੱਖਰ, ਠੱਠਾ, ਹੋਲ, ਹਰਮੇਸ਼ ਅਤੇ ਅਮਰ। ਅਮਰ ਦੀ ਨਸਲੋਂ ਸਿਕੰਦਰ ਦੁਲ ਕੁਰਨੈਨ ਹੋਇਆ, ਜਿਹਦਾ ਕੁਰਾਨ ਪਾਕ 'ਚ ਜ਼ਿਕਰ ਹੈ, ਅਤੇ ਡਾਗਰ ਨੂੰ ਗੈਰ ਆਰੀਆ ਨਸਲ ਦੱਸਿਆ ਜਾਂਦਾ, ਅਤੇ ਜਲੂਦਰ ਅਤੇ ਜਾਸ਼ਰ, ਜਾਸ਼ਰ ਦਾ ਦੂਜਾ ਨਾਂ ਲੌਜ਼ਰ ਵੀ ਸੀ, ਇਹਦੀ ਨਸਲੋਂ ਸਮੂਦ ਬਾਦਸ਼ਾਹ ਹੋਇਆ ਜਿਹਦਾ ਕੁਰਾਨ ਪਾਕ 'ਚ ਜ਼ਿਕਰ ਹੈ, ਅਤੇ ਜੱਟਾਂ ਦਾ ਸਮਾਂ ਖਾਨਦਾਨ ਵੀ
ਇਹਦੀ ਨਸਲੋਂ ਹੋਇਆ। ਅਗਲੇ ਪੁੱਤਰ ਦਾ ਨਾਂ ਗੁਜਰਾਤ ਸੀ, ਜਿਹਦੇ ਤਿੰਨ ਪੁੱਤਰ ਹੋਏ ਨੇ, ਜੋਧ, ਬੀਕਾ ਅਤੇ ਜੈਸਲ, ਜਿਹਨਾਂ ਜੋਧਪੁਰ, ਬੀਕਾਨੇਰ ਅਤੇ ਜੈਸਲਮੀਰ ਵਸਾਏ। ਅਗਲਾ ਪੁੱਤਰ ਸੀ ਗਾਰਾ, ਜਿਹਦੇ ਨਾਂ ਤੋਂ ਹੜੱਪਾ ਸ਼ਹਿਰ ਵਸਿਆ। ਅਗਲਾ ਹੰਡ, ਜਿਹਦੇ ਨਾਂ ਤੋਂ ਸੁਆਬੀ ਸ਼ਹਿਰ ਵਸਿਆ। ਅਗਲਾ ਆਸਾਮ, ਜਿਹਦੇ ਨਾਂ ਤੋਂ ਆਸਾਮ ਦਾ ਇਲਾਕਾ ਅਤੇ ਉੱਥੇ ਜਿਹੜੀ ਕੌਮ ਹੈ। ਅਗਲਾ ਤਾਮਲੀ, ਜਿਹਦੇ ਨਾਂ ਤੋਂ ਤਾਮਿਲ ਕੌਮ ਜਿਹੜੀ ਹੈ, ਤਾਮਿਲਨਾਡੂ ਦਾ ਇਲਾਕਾ ਇੰਡੀਆ ਦੇ ਵਿੱਚ, ਉੱਥੇ ਉਹ ਤਾਮਲੀ ਦੀ ਔਲਾਦ ਜਿਹੜੀ ਵੱਸਦੀ ਹੈ। ਅਗਲੇ ਪੁੱਤਰ ਦਾ ਨਾਂ ਮੂਲਾ ਸੀ, ਮੂਲਾ ਤੋਂ ਮੂਲਸਤਾਨ ਯਾਨੀ ਮੁਲਤਾਨ ਪਿਆ ਅਤੇ ਕਸ਼ੇਪਪੁਰਾ ਵੀ ਮੁਲਤਾਨ ਨੂੰ ਇੱਕ ਵਕਤ ਚਾਖਦੇ ਰਹੇ ਨੇ। ਅਗਲਾ ਪੁੱਤਰ ਮੀਜ਼ੂਰਾਮ ਸੀ, ਅਗਲਾ ਮਕਰਾਨ ਸੀ, ਜਿਹਨੂੰ ਮਾਕਾਨ ਵੀ ਆਖਿਆ ਜਾਂਦਾ ਹੈ। ਅਗਲਾ ਪੁੱਤਰ ਸੀ ਅਰਫਕਾ ਸਿੰਘ, ਸਿੰਘ ਦਾ ਕਰਮਾਨ, ਜਿਹੜਾ ਈਰਾਨ ਦੇ ਵਿੱਚ, ਜਿਹਦੀ ਨਸਲ ਸੂਬਾ ਕਰਮਾਨ ਦੇ ਵਿੱਚ, ਈਰਾਨ ਦੇ ਵਿੱਚ ਵੱਸਦੀ ਹੈ। ਅਗਲਾ ਪੁੱਤਰ ਸੀ ਹਨਵਾਦਰ, ਜਿਹਦਾ ਦੂਸਰਾ ਨਾਂ ਗਵਾਦਰ ਹੈ। ਅਗਲਾ ਪੁੱਤਰ ਕੀ ਕਾਨ ਸੀ, ਜਿਹਦੇ ਨਾਂ ਤੋਂ ਕਲਾਤ ਜਿਹੜਾ ਆਬਾਦ ਹੋਇਆ, ਔਰ ਉਸ ਇਲਾਕੇ 'ਚ ਕੀ ਕਾਨ ਜੱਟ ਜਿਹੜੇ ਨੇ ਵੱਸਦੇ ਨੇ। ਅਗਲਾ ਖੁਸ਼ਦਾਰ ਅਤੇ ਅਗਲਾ ਸੀਸ, ਸੀਸ ਦੀ ਔਲਾਦ ਜਿਹੜੀ ਹੈ ਸੂਬਾ ਸੀਸਤਾਨ ਈਰਾਨ ਦੇ ਵਿੱਚ ਵੱਸਦੀ ਹੈ। ਅੱਗੋਂ ਮੂਲਾ ਦੇ ਪੁੱਤਰ ਹੋਏ ਆਸਟੂਬਰ, ਸਰਵਾਈ ਅਤੇ ਇਰਮ। ਅੱਗੋਂ ਇਰਮ ਦਾ ਪੁੱਤਰ ਹੋਇਆ ਊਸ, ਅਤੇ ਊਸ ਦਾ ਪੁੱਤਰ ਫਿਰ ਇਰਮ ਹੋਇਆ। ਇਸ ਇਰਮ ਦਾ ਨਾਂ ਸਾਗਤ ਵੀ ਸੀ, ਅਤੇ ਅੱਗੋਂ ਇਸ ਇਰਮ ਦਾ ਪੁੱਤਰ ਹੋਇਆ ਆਦ, ਜਿਹਨੂੰ ਮੋਹਨ ਵੀ ਕਿਹਾ ਗਿਆ, ਜਿਹਦੇ ਨਾਂ ਤੋਂ ਮੋਹਨ ਜੋ ਦੜੋ, ਲਾੜਕਾਣਾ ਦੇ ਲਾਗੇ ਸਾਡਾ ਤਾਰੀਖੀ ਵਿਰਸਾ ਜਿਹੜਾ, ਅਤੇ ਮੋਹਨ ਕੋਟ ਜਾਂ ਰੇਨੀ ਕੋਟ ਜਿਹੜਾ ਬੜਾ ਵੱਡਾ ਕਿਲਾ ਸਿੰਧ ਦੇ ਵਿੱਚ, ਇਹਦੇ ਨਾਂ ਤੋਂ ਉਸਰੇ। ਅੱਗੋਂ ਇਸ ਆਦ ਜਾਂ ਮੋਹਨ ਦੇ ਪੁੱਤਰ ਹੋਏ ਨੇ ਜਲੂਦ ਅਤੇ ਸਹਿਰੇਬ। ਸਹਿਰੇਬ ਦੀ ਨਸਲੋਂ ਨਮਰੂਦ ਬਾਦਸ਼ਾਹ ਦੀ ਨਸਲ ਟੁਰੀ। ਪੱਤਣ, ਜਿਹੜਾ ਰਹੀਮਯਾਰ ਖਾਂ ਪੱਤਣ ਮਨਾਰਾ ਜਿਹਦੇ ਨਾਂ ਤੋਂ, ਕਾਹੂ, ਜੁੱਕਰ, ਡੀਜੀ, ਅਰੋੜ, ਦੁਹਾਗਾ, ਰੋੜਕਾ, ਟੈਕਸਲਾ, ਹਰੀਪੋਪੀਆ, ਤਲੂੰਜਾ, ਡਾਗਾ, ਸ਼ਦਾਦ, ਸ਼ਦੀਦ, ਬਾਲਾ, ਬਾਲਾ ਤੋਂ ਬਾਲਾਕੋਟ ਦੇ ਕਿਲੇ ਜਿਹੜੇ ਨੇ ਦੋ ਤਿੰਨ, ਮੇਹਰ, ਜਿਹੜਾ ਮੇਹਰਗੜ੍ਹ ਦਾ ਕਿਲਾ ਬਲੋਚਿਸਤਾਨ 'ਚ ਉਹਦੇ ਨਾਂ ਤੋਂ, ਅਤੇ ਸੁਹਾਗਾ। ਅੱਗੋਂ ਜਲੂਦ ਦੇ ਪੁੱਤਰ ਹੋਏ ਨੇ ਬਾ, ਅਰਨੰਦ, ਛੱਲਾ, ਅੰਬਰ, ਬ੍ਰਹਮਾ, ਸੁਹਾਗਾ ਅਤੇ ਮੋਢਾ। ਅੱਗੋਂ ਇਹਨਾਂ ਵਿੱਚੋਂ ਬਾ ਦੇ ਪੁੱਤਰ ਹੋਇਆ ਵਿਸ਼ਨੂੰ, ਵੇ, ਸੁਰੰਭੂ, ਸ਼ੰਕਰ, ਚੇਤੂ, ਸੇਂਭੂ ਅਤੇ ਗੋਰਖ। ਗੋਰਖ ਦਾ ਦੂਜਾ ਨਾਂ ਹਜ਼ਰਤ ਹੂਦ ਅਲੈਹਿ ਸਲਾਮ ਵੀ ਸੀ, ਇਹ ਆਪਣੇ ਵਕਤ ਦੇ ਰਸੂਲ ਵੀ ਸਨ। ਪਿਸ਼ਾ ਰਾਮ ਵੀ ਇਹਨਾਂ ਦਾ ਹੀ ਇੱਕ ਨਾਂ ਹੈ, ਜਿਨ੍ਹਾਂ ਦੇ ਨਾਂ ਦੇ ਦੱਸਦੇ ਨੇ ਪਿਸ਼ਾਵਰ ਸ਼ਹਿਰ ਜਿਹੜਾ ਉਹ ਉਸਰਿਆ ਸੀ। ਅੱਗੋਂ ਇਹਨਾਂ ਦੇ ਗੋਰਖ ਜਾਂ ਹਜ਼ਰਤ ਹੂਦ ਅਲੈਹਿ ਸਲਾਮ ਦੇ ਪੁੱਤਰ ਹੋਏ ਨੇ ਅਰੜ। ਪਹਿਲਾ ਪੁੱਤਰ ਅਰੜ ਸੀ, ਜਿਹਦੇ ਨਾਂ ਤੋਂ ਹਰੀੜ ਦਾ ਕਿਲਾ ਦਾਦੂ ਦੇ ਵਿੱਚ ਪਿਆ। ਦੂਜਾ ਪੁੱਤਰ ਸੀ ਗੱਬਰ, ਤੀਜਾ ਬੱਬਰ, ਚੌਥਾ ਤੰਦੂਰ, ਪੰਜਵਾਂ ਬਰਬਰਾ, ਛੇਵਾਂ ਹੇਮ ਅਤੇ ਸੱਤਵਾਂ ਭੀਮ। ਇਹਨਾਂ ਵਿੱਚੋਂ ਬਰਬਰਾ ਦੇ ਪੁੱਤਰ ਹੋਏ ਨੇ ਅਬਰੂ, ਅਬਰ ਅਤੇ ਅਬਰੀਨ। ਇਹਨਾਂ ਵਿੱਚੋਂ ਅੱਗੋਂ ਅਬਰੂ ਦੇ ਪੁੱਤਰ ਹੋਏ ਨੇ ਕੈਤਾਨ, ਸੂਮ, ਮਹਿਲਾ, ਅਗਨੀ, ਸੂਈ, ਨਿਰਸਲ, ਸੱਲਾ, ਭੂਮੀ, ਮੰਦਰ, ਮਹਾਨ, ਸਰੂਸ, ਅਰਨਨ ਅਤੇ ਯਾਕੂ। ਇਹ ਅੱਗੋਂ ਕੈਤਾਨ ਜਿਹੜਾ ਹੈ ਉਹਦਾ ਪੁੱਤਰ ਹੋਇਆ ਯਕਤਾਨ, ਫਲਜ, ਸਲਜ ਅਤੇ ਯਾਰਬ। ਇਹਨਾਂ ਵਿੱਚੋਂ ਫਲਜ, ਸਲਜ ਅਤੇ ਯਾਰਬ ਜਿਹੜੇ ਨੇ ਇਹ ਤਿੰਨੇ ਯਮਨ ਚਲੇ ਗਏ। ਇਹਨਾਂ ਉੱਥੇ ਜਾ ਕੇ ਸਬਾ ਦਾ ਮੁਲਕ ਵਸਾਇਆ, ਅਤੇ ਮਲਕਾ ਬਲਕੀਸ, ਜਿਹਦਾ ਕੁਰਾਨ ਪਾਕ 'ਚ ਜ਼ਿਕਰ ਹੈ, ਉਹ ਇਸੇ ਖਾਨਦਾਨੋਂ ਸੀ। ਅਤੇ ਇਹਨਾਂ ਵਿੱਚੋਂ ਯਕਤਾਨ ਦਾ ਪੁੱਤਰ ਹੋਇਆ ਸ਼ਾਹਰੁਖ ਮੰਬਾ, ਅਤੇ ਸ਼ਾਹਰੁਖ ਮੰਬੇ ਦੇ ਪੁੱਤਰ ਹੋਏ ਨੇ ਨਾਹੂਰ। ਨਾਹੂਰ ਦਾ ਦੂਜਾ ਨਾਂ ਹਜ਼ਰਤ ਅਯੂਬ ਅਲੈਹਿ ਸਲਾਮ ਅਵਲ ਸੀ, ਇਹ ਮੁਲਤਾਨ ਦੇ ਵਿੱਚ ਬਾਦਸ਼ਾਹ ਸਨ, ਅਤੇ ਮੁਲਤਾਨ ਦੇ ਰਹਿਣ ਵਾਲੇ ਸਨ, ਅਤੇ ਮੁਲਤਾਨ ਵਿੱਚ ਹੀ ਰਸੂਲ ਸਨ। ਇਹਨਾਂ ਦੀ ਕਬਰ ਬੀਬੂਅੜ ਗੇਟ ਮੁਲਤਾਨ ਦੇ
ਅੰਦਰ ਵਾਰ ਹੈ। ਅੱਗੋਂ ਇਹਨਾਂ ਦੇ ਯਾਨੀ ਨਾਹੂਰ ਜਾਂ ਹਜ਼ਰਤ ਅਯੂਬ ਅਲੈਹਿ ਸਲਾਮ ਅੱਵਲ ਦੇ ਪੁੱਤਰ ਹੋਏ ਨੇ ਸ਼ੱਬਰ, ਬਸ਼ਰ, ਸ਼ਬੀਰ, ਬਸ਼ੀਰ, ਖਾਰਾਨ। ਖਾਰਾਨ ਜਿਹੜੇ ਨੇ ਉਹ ਅੰਮਾ ਸਾਇਰਾ ਦੇ ਵਾਲਿਦ ਸਨ। ਤਾਰਖ ਅਤੇ ਆਜ਼ਰ, ਇਹਨਾਂ ਵਿੱਚੋਂ ਤਾਰਖ ਦੇ ਪੁੱਤਰ ਹੋਏ ਨੇ ਹਜ਼ਰਤ ਇਬਰਾਹੀਮ ਅਲੈਹਿ ਸਲਾਮ, ਫਾਊਰ, ਨਾਹੂਰ ਅਤੇ ਹਾਰਾਨ। ਅੱਗੋਂ ਇਹਨਾਂ ਵਿੱਚੋਂ ਫਾਊਰ ਹਕੀਮ ਲੁਕਮਾਨ ਦੇ ਵਾਲਿਦ ਸਨ, ਹਾਰਾਨ ਹਜ਼ਰਤ ਲੂਤ ਅਲੈਹਿ ਸਲਾਮ ਦੇ ਵਾਲਿਦ ਸਨ। ਨਾਹੂਰ ਦੇ ਦੋ ਪੁੱਤਰ ਲਾਬਾਨ ਅਤੇ ਨੀਤੂਏਲ ਹੋਏ। ਲਾਬਾਨ ਦੀਆਂ ਦੋ ਧੀਆਂ ਰਾਹੀਲ ਅਤੇ ਲਈਆ ਹੋਈਆਂ, ਜਿਹੜੀਆਂ ਹਜ਼ਰਤ ਯਾਕੂਬ ਅਲੈਹਿ ਸਲਾਮ ਦੇ ਨਾਲ ਪਰਨੀਜੀਆਂ, ਅਤੇ ਨੀਤੂਏਲ ਦੀ ਇੱਕ ਧੀ ਬਰਮਕਾ ਹੋਈ ਜਿਹੜੀ ਹਜ਼ਰਤ ਇਸਾਕ ਨਾਲ ਪਰਨੀਜੀ, ਅਤੇ ਉਸ ਦੀ ਕੁੱਖੋਂ ਦੋ ਜੋੜੇ ਪੁੱਤਰ ਐਸੂ ਅਤੇ ਯਾਕੂਬ ਹੋਏ। ਯਾਕੂਬ ਦਾ ਲਫਜ਼ੀ ਮਹਿਣਾ ਹੁੰਦਾ ਹੈ ਪਿੱਛੋਂ ਆਉਣ ਵਾਲਾ। ਅੱਗੋਂ ਹਜ਼ਰਤ ਇਬਰਾਹਿਮ ਅਲੈਹਿ ਸਲਾਮ, ਜਿਨ੍ਹਾਂ ਨੂੰ ਹਿੰਦੀ 'ਚ ਬ੍ਰਹਮਾ ਆਖਿਆ ਗਿਆ, ਉਹਨਾਂ ਦੀਆਂ ਚਾਰ ਸਵਾਣੀਆਂ ਵੱਲ 13 ਪੁੱਤਰ ਅਤੇ ਦੋ ਧੀਆਂ ਹੋਈਆਂ। ਉਹਨਾਂ ਦੀ ਪਹਿਲੀ ਬੀਵੀ ਦਾ ਨਾਂ ਸਾਇਰਾ ਸੀ, ਅੰਮਾ ਸਾਇਰਾ ਜਿਹੜੀ ਸੀ, ਉਹਦੇ ਘਰ ਹਜ਼ਰਤ ਇਸਾਕ ਅਲੈਹਿ ਸਲਾਮ ਪੈਦਾ ਹੋਏ, ਜਿਨ੍ਹਾਂ ਨੂੰ ਹਿੰਦੀ ਚੰਗਰ ਸੀ ਭਗਵਾਨ ਆਖਿਆ ਗਿਆ। ਦੂਸਰੀ ਬੀਵੀ ਹਾਜਰਾ ਦੇ ਘਰ ਹਜ਼ਰਤ ਇਸਮਾਇਲ ਅਲੈਹਿ ਸਲਾਮ ਪੈਦਾ ਹੋਏ, ਜਿਨ੍ਹਾਂ ਨੂੰ ਹਿੰਦੀ ਵਿੱਚ ਅਥਰੂ ਭਗਵਾਨ ਆਖਿਆ ਗਿਆ। ਤੀਸਰੀ ਬੀਵੀ ਕਤੂਰਾ ਦੇ ਘਰ 6 ਪੁੱਤਰ ਅਤੇ 1 ਧੀ ਲਾਲੀਬਾਈ ਹੋਈ। ਚੌਥੀ ਜ਼ਾਲ ਜਿਹੜੀ ਸੀ ਉਹ ਹਾਜੀਆਂ ਦੇ ਘਰ 5 ਪੁੱਤਰ ਅਤੇ 1 ਧੀ ਲਬੂਦਾਬਾਈ ਹੋਈ। ਮੁੜਕੇ ਹਜ਼ਰਤ ਇਸਮਾਇਲ ਅਲੈਹਿ ਸਲਾਮ ਜਿਹੜੇ ਨੇ, ਉਹਨਾਂ ਦੀਆਂ ਤਿੰਨਾਂ ਬੀਵੀਆਂ 'ਚੋਂ ਔਲਾਦ ਜਿਹੜੀ ਇਹ ਬਸ ਮਿਜ਼ਾਗ ਨਾਂ ਦੀ ਸੁਹਾਣੀ ਵੱਲ ਹੋਈ, ਅਤੇ ਉਹਦੇ ਵੱਲ ਪੁੱਤਰ ਹੋਏ ਨਿਆਬੂਤ, ਜਿਹਨੂੰ ਕਰਨ ਵੀ ਕਿਹਾ ਗਿਆ, ਮਿਸ਼ਾ ਜਿਹਨੇ ਮੱਕਾ ਵਸਾਇਆ, ਕੀਦਾਰ ਜਿਹੜੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਜੱਦੇ ਅਮਜਦ ਸਨ, ਅਤੇ ਉਮੇਲ ਅਤੇ ਪਾਮੇਲ, ਇਹਨਾਂ ਨੂੰ ਸਾਬੇਰਾਸ ਆਖਿਆ ਗਿਆ, ਅਤੇ ਰੋਹਾ, ਹਿਰਾ, ਯਤੂਰ, ਤੀਮਾ ਅਤੇ ਨਾਫਸ, ਅਤੇ ਇੱਕ ਧੀ ਬਿਸਮਾ ਹੋਈ ਜਿਹੜੀ ਹਜ਼ਰਤ ਇਸਹਾਕ ਅਲੈਹਿ ਸਲਾਮ ਦੇ ਪੁੱਤਰ ਐਸੂ ਦੇ ਨਾਲ ਵਿਆਹੀ ਗਈ, ਅਤੇ ਉਸ ਦੀ ਕੁੱਖੋਂ ਸਲਾਤੀਨ ਰੋਮ ਦਾ ਮੋਢੀ ਰੋਮ ਪੈਦਾ ਹੋਇਆ। ਅੱਗੋਂ ਨਿਆਬੂਤ ਕਿਰਨ ਜਿਹੜਾ ਸੀ, ਉਹਦਾ ਪੁੱਤਰ ਹੋਇਆ ਉੱਤਰੀ। ਉੱਤਰੀ ਦਾ ਦੂਜਾ ਨਾਂ ਅਰਚੀ ਵੀ ਸੀ, ਸ਼ਮਾਇਲ ਵੀ ਸੀ, ਨਾਰਾਇਣ ਵੀ ਸੀ। ਔਰ ਇਹ ਪਰਤ ਕੇ ਜਿਹੜਾ ਚੁਗੇ ਅਤੇ ਉੱਥੇ ਅਰਬ 'ਚ ਚਲੇ ਗਏ ਸਨ ਹਜ਼ਰਤ ਇਸਮਾਇਲ ਅਲੈਹਿ ਸਲਾਮ, ਅਤੇ ਇਹ ਪਰਤ ਕੇ ਉੱਤਰੀ ਜਿਹੜਾ ਇਹ ਵਾਪਸ ਆ ਗਿਆ ਇੱਥੇ ਸਿੰਧ ਵਲਾਇਤ ਆਰੀਆ ਜੱਟ ਦੇਸ਼ ਜਾਂ ਜਾਟਕਿਸਤਾਨ ਵਿੱਚ। ਔਰ ਇਹਨਾਂ ਦੇ ਫਿਰ ਪੁੱਤਰ ਹੋਏ ਨੇ ਈਲਾ, ਅਰਮਾ, ਅਰੂਦ, ਨਰੀ, ਵਰੂਨ ਅਤੇ ਸਮਦਰਮਾਨ। ਇਹਨਾਂ ਵਿੱਚੋਂ ਨਰੀ ਜਿਹੜਾ ਸੀ ਸੂਰਜ ਬੰਸੀ ਜੱਟਾਂ ਦਾ ਮੋਢੀ ਸੀ, ਕਿਉਂਕਿ ਨਰੀ ਦਾ ਪੁੱਤਰ ਸੂਰਜ ਜਿਹੜਾ ਉਹਦੇ ਤੋਂ ਬਾਕਾਇਦਾ ਸੂਰਜ ਬੰਸੀ ਜੱਟਾਂ ਦਾ ਮੁੱਢ ਬੱਜਾ। ਅਤੇ ਵਰੂਨ ਜਿਹੜਾ ਸੀ ਇਹ ਜਮਗਦਨੀ ਅਤੇ ਪਰਸ਼ੁਰਾਮ ਜਿਹੜਾ ਹਿੰਦੂਆਂ ਦਾ 6ਵਾਂ ਅਵਤਾਰ ਹੈ, ਉਹਦੀ ਨਸਲ ਵਰੂਨ ਤੋਂ ਟੁਰੀ। ਅਤੇ ਸਮਦਰਮਾਨ ਦਾ ਪੁੱਤਰ ਚੰਦਰਮਾਨ ਸੀ, ਜਦੋਂ ਚੰਦਰ ਬੰਸੀ ਜੱਟਾਂ ਦਾ ਕਬੀਲਾ ਜਿਹੜਾ ਪੱਟੀਆਂ ਦਾ ਖਾਨਦਾਨ ਹੈ ਉਹਦਾ ਮੁੱਢ ਬੱਜਾ। ਅੱਗੋਂ ਨਰੀ ਦਾ ਪੁੱਤਰ ਹੋਇਆ ਸੂਰਜ, ਸੂਰਜ ਅਤੇ ਸੂਰਜ ਦਾ ਪੁੱਤਰ ਹੋਇਆ ਕਸ਼ੇਪ, ਅਤੇ ਕਸ਼ੇਪ ਦਾ ਪੁੱਤਰ ਹੋਇਆ ਕਿਰਨ, ਅਤੇ ਕਿਰਨ ਦਾ ਫਿਰ ਕਸ਼ੇਪ, ਅਤੇ ਜਿਹੜਾ ਕਸ਼ੇਪ ਦੂਸਰਾ ਇਹਦੇ ਪੁੱਤਰ ਹੋਇਆ ਦਿਓਲ, ਅਤੇ ਦਿਓਲ ਦੇ ਦੋ ਪੁੱਤਰ ਹੋਏ ਨੇ ਮਨੂ ਅਤੇ ਵੱਛਾ। ਮਨੂ ਜਿਹੜਾ ਉਹਦੀ ਨਸਲੋਂ ਰਾਮ ਚੰਦਰ ਜੀ ਮਹਾਰਾਜ ਦਾ ਖਾਨਦਾਨ ਟੁਰਿਆ, ਅਤੇ ਵੱਛਾ ਪਹਿਲਾਂ ਸੂਰਜ ਬੰਸੀ ਜੱਟ ਮਹਾਰਾਜਾ ਸੀ। ਅਤੇ ਵੱਛੇ ਦਾ ਪੁੱਤਰ ਹੋਇਆ ਕਛਵਾ, ਕਛਵਾ ਜਿਹੜਾ ਪਹਿਲਾਂ ਸੂਰਜ ਬੰਸੀ ਅਵਤਾਰ ਹੋਏ ਨੇ। ਅਤੇ ਅੱਗੋਂ ਕਛਵੇ ਦਾ ਪੁੱਤਰ ਹੋਏ ਨੇ ਬੁੱਧਪਾਲ, ਬੁੱਧਪਾਲ ਦੇ ਸ਼ਸ਼ਪਾਲ, ਸ਼ਸ਼ਪਾਲ ਦਾ ਹਮਸਾ ਚਾਲਕ, ਹਮਸਾ ਚਾਲਕ ਦਾ ਆਦੂ ਚਾਲਕ, ਆਦੂ ਚਾਲਕ ਦਾ ਨਿਰਮਲ ਚਾਲਕ,
ਨਿਰਮਲ ਚਾਲਕ ਦਾ ਨਿਰਾਸ਼ਨਸ ਚਾਲਕ, ਨਿਰਾਸ਼ਨਸ ਚਾਲਕ ਦਾ ਪੁੱਤਰ ਮਹਿੰਦਰ ਚਾਲਕ, ਮਹਿੰਦਰ ਚਾਲਕ ਦਾ ਪੁੱਤਰ ਮਾਸ ਚਾਲਕ, ਮਾਸ ਚਾਲਕ ਦਾ ਪੁੱਤਰ ਮਾਲਕੂ ਚਾਲਕ, ਮਾਲਕੂ ਚਾਲਕ ਦਾ ਪੁੱਤਰ ਸੂਰਜ ਚਾਲਕ, ਸੂਰਜ ਚਾਲਕ ਦਾ ਪੁੱਤਰ ਲੀਲਾ ਚਾਲਕ, ਲੀਲਾ ਚਾਲਕ ਦਾ ਪੁੱਤਰ ਹੋਇਆ ਅੰਮ੍ਰਿਤ ਚਾਲਕ, ਅੰਮ੍ਰਿਤ ਚਾਲਕ ਦਾ ਪੁੱਤਰ ਗਿਆਨ ਚਾਲਕ, ਗਿਆਨ ਚਾਲਕ ਦਾ ਪੁੱਤਰ ਹੋਇਆ ਅਮਰ ਮੱਲ, ਅਮਰ ਮੱਲ ਦਾ ਪੁੱਤਰ ਗੁਲਾਬ ਚਾਲਕ, ਗੁਲਾਬ ਚਾਲਕ ਦਾ ਪੁੱਤਰ ਅਸ਼ਮਤ ਚਾਲਕ, ਅਸ਼ਮਤ ਚਾਲਕ ਦਾ ਪੁੱਤਰ ਬੂਰਾ ਚਾਲਕ, ਬੂਰਾ ਚਾਲਕ ਦਾ ਪੁੱਤਰ ਜ਼ਬਰ ਮੱਲ ਅਤੇ ਜ਼ਬਰ ਮੱਲ ਦਾ ਪੁੱਤਰ ਹਮਸਾ ਰਾਜ, ਹਮਸਾ ਰਾਜ ਦਾ ਪੁੱਤਰ ਭੋਜ ਰਾਜ, ਭੋਜ ਰਾਜ ਦਾ ਪੁੱਤਰ ਸੂਰਜਮੁਖੀ ਰਾਜ, ਸੂਰਜਮੁਖੀ ਰਾਜ ਦਾ ਪੁੱਤਰ ਕਿਰਨ ਰਾਜ, ਕਿਰਨ ਰਾਜ ਦਾ ਪੁੱਤਰ ਚੰਦਰ ਸੀਨ ਰਾਜ, ਚੰਦਰ ਸੀਨ ਰਾਜ ਦਾ ਪੁੱਤਰ ਗਵਾ ਸੰਘ ਸੀਨ ਅਤੇ ਗਵਾ ਸੰਘ ਸੀਨ ਦਾ ਪੁੱਤਰ ਬਾਲਦਾ ਸੀਨ, ਬਾਲਦਾ ਸੀਨ ਦਾ ਪੁੱਤਰ ਦੂਦੇਸ਼ੀ ਰਾਜ ਅਤੇ ਦੂਦੇਸ਼ੀ ਰਾਜ ਦਾ ਪੁੱਤਰ ਹਮਸਾ ਸੀਨ ਅਤੇ ਹਮਸਾ ਸੀਨ ਦਾ ਪੁੱਤਰ ਮੂਲ ਰਾਜ, ਅਤੇ ਮੂਲ ਰਾਜ ਦਾ ਪੁੱਤਰ ਵੱਡਾ ਜਿਹੜਾ ਉਹ ਚਾਲਕ ਰਾਜ ਹੋਇਆ ਅਤੇ ਚਾਲਕ ਰਾਜ ਦਾ ਪੁੱਤਰ ਸੋਤਰਕ ਰਾਜ ਅਤੇ ਸੋਤਰਕ ਰਾਜ ਦਾ ਪੁੱਤਰ ਸਰੋਇਆ ਰਾਜ, ਅਤੇ ਸਰੋਇਆ ਰਾਜ ਦਾ ਪੁੱਤਰ ਮਾਲਰਾ ਮੱਲੀ ਹੋਇਆ ਅਤੇ ਮੱਲ ਦਾ ਪੁੱਤਰ ਮਾਲਰਾ ਮੱਲੀ ਦਾ ਪੁੱਤਰ ਨਾਇਚ ਅਤੇ ਨਾਇਚ ਦਾ ਪੁੱਤਰ ਸੁਹਾਵਨ ਜਿਹਨੂੰ ਸੁਹਾਵਾ ਵੀ ਕਹਿੰਦੇ ਨੇ, ਅਤੇ ਸੁਹਾਵਨ ਦਾ ਪੁੱਤਰ ਸਾਗਤ ਹੋਇਆ, ਸਾਗਤ ਦਾ ਪੁੱਤਰ ਕਾਂ ਹੋਇਆ, ਕਾਂ ਦੀ ਔਲਾਦ ਜਿਹੜੀ ਹੈ ਕਾਵੇਂ ਮੱਲੀ ਸਦਾਉਂਦੀ ਹੈ, ਅਤੇ ਅੱਗੋਂ ਕਾਂ ਦੇ ਪੁੱਤਰ ਹੋਏ ਨੇ ਮਾਲਟਾ, ਲੀਮਾ, ਕਿੰਗਰਾ, ਕੰਨਾ, ਕੰਦਰਾਣਾ, ਕੰਡਾ, ਗਣੀਆਂ ਅਤੇ ਵਲਹਾਰ, ਅਤੇ ਇਹ ਦੂਸਰਾ ਵਲਹਾਰ, ਅਤੇ ਅੱਗੋਂ ਵਲਹਾਰ ਦੇ ਪੁੱਤਰ ਹੋਏ ਨੇ ਮਾੜਾ, ਵਾੜਾ ਅਤੇ ਹਾੜਾ। ਤੋ ਇਹ ਪਿਆਰਿਓ ਦੂਸਰੇ ਵਲਹਾਰ ਕਬੀਲੇ ਦਾ ਜ਼ਿਕਰ ਜਿਹੜਾ ਤੁਹਾਡੇ ਨਾਲ ਸਾਂਝਾ ਕੀਤਾ।